ਤੁਸੀਂ ਆਪਣੇ ਮਸਲੇ ਆਪਣੇ ਤੱਕ ਰੱਖੋ ਦਿਲ 'ਚ ਰੱਖੋ ਆਪਾਂ ਕਿਈ ਵਾਰ ਕਹਿੰਦੇ ਮੇਰੇ ਨਾਲ ਖੜਨ ਵਾਲਾ ਕੋਈ ਨਹੀਂ ਹੈ ਮੈਂ ਦੁਨੀਆ 'ਚ ਇਕੱਲਾ ਵਾਂ ਗੱਲ ਕਰਨ ਵਾਲਾ ਕੋਈ ਨਹੀਂ ਹੈ ਤੁਸੀਂ ਕਰਮਾਂ ਵਾਲੇ ਹੋ ਜੇ ਗੱਲ ਕਰਨ ਵਾਲਾ ਹੁੰਦਾ ਤਾਂ ਉਹ ਤੁਹਾਡੇ ਮਸਲੇ ਵਧਾਉਂਦਾ ਹੀ ਆ ਅੱਜ ਤੁਹਾਡਾ ਕਿੰਨਾ ਵੀ ਕਲੋਜ਼ ਰਿਸ਼ਤਾ ਮੈਂ ਨਾ ਨਹੀਂ ਲਊਂਗਾ ਰਿਸ਼ਤਿਆਂ ਦਾ ਕਿਉਂਕਿ ਹਰ ਰਿਸ਼ਤਿਆਂ ਦੇ ਤੁਸੀਂ ਮੁੱਦਾ ਬਣਾ ਲੈਂਦੇ ਹੋ ਤੁਸੀਂ ਉੱਥੇ ਪੈਸੇ ਦਾ ਲੈਣ ਦੇਣ ਛੱਡ ਦਿਓ ਤੁਹਾਡੇ ਤੋਂ ਹਰ ਇੱਕ ਦੀ ਐਕਸਪੈਕਟੇਸ਼ਨ ਨੇ ਉਹ ਛੱਡ ਦਿਓ ਉਹਨਾਂ ਦੀ ਐਕਸਪੈਕਟੇਸ਼ਨ ਪੂਰੀਆਂ ਤੁਹਾਡਾ ਸਾਰੀ ਦੁਨੀਆ ਪਰਾਈ ਹੋ ਜੂਗੀ ਚਾਹ ਜਿੰਨੇ ਮਰਜ਼ੀ ਸਕੇ ਨੋ ਠੀਕ ਹੈ ਤੁਸੀਂ ਉਹਨਾਂ ਦੇ ਐਕਸਪੈਕਟੇਸ਼ਨ ਤੇ ਪੂਰੇ ਉੱਤਰ ਦਿਓ ਤੁਸੀਂ ਉਹਨਾਂ ਦੇ ਆਪਣੇ ਠੀਕ ਹੈ ਸੋ ਇਹ ਚੀਜ਼ਾਂ ਨੇ ਜਿਹੜੀਆਂ ਜੇ ਤੁਸੀਂ ਦੱਸਣਾ ਕਰਨਾ ਨਹੀਂ ਇੱਕ ਵਾਰੀ ਐਕਸਪੀਰੀਅੰਸ ਕਰੋ ਜ਼ਿੰਦਗੀ ਦੇ ਵਿੱਚ ਆਪਣਾ ਮਸਲਾ ਆਪਣੇ ਤੱਕ ਰੱਖੋ ਤੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ ਕੰਨੋਂ ਕੰਨ ਦੁਨੀਆ ਨੂੰ ਖਬਰ ਨਹੀਂ ਹੋਊਗੀ ਤੁਹਾਡੇ ਨਾਲ ਕੀ ਹੋਇਆਗਾ ਜੇ ਤੁਸੀਂ ਕਿਸੇ ਨਾਲ ਕਹਿੰਦਾ ਬਾਈ ਯਾਰ ਮੇਰੀ ਮਦਦ ਕਰ ਦੇ ਆ ਗੱਲ ਹੋ ਗਈ ਉਸ ਤੋਂ ਬਾਅਦ ਸਾਰੀ ਦੁਨੀਆ ਨੂੰ ਪਤਾ ਕਿਉਂਕਿ ਬਾਈ ਨਜ਼ਰ ਵਾਲਾ ਪਾਉਣੀ ਆ ਮੈਂ ਫਲਾਣੇ ਦੀ ਮਦਦ ਕੀਤੀ ਬਿਲਕੁਲ ਬਿਲਕੁਲ ਤਾਂ ਲਗਾ ਤੇ ਜਲਸੀ ਵੀ ਜ਼ਿਆਦਾ ਵੱਧ ਗਈ ਹੈ ਨਾ ਚੀਜ਼ਾਂ ਨੂੰ ਲੈ ਕੇ ਕਿ ਅੱਜਕੱਲ ਤਰੱਕੀ ਨਹੀਂ ਜਰੀ ਜਾਂਦੀ ਇੱਕ ਅਗਲੇ ਬੰਦੇ ਦੇ ਜਿੰਨਾ ਚਿਰ ਤੁਸੀਂ ਹਾਂ ਹਾਂ ਕਰੋਗੇ ਮੈਂ ਮਰ ਗਿਆ ਉਹ ਨਜ਼ਰ ਤੁਹਾਡੇ ਸਾਰੇ ਨੇੜੇ ਲੱਗਦੇ ਆ ਜਦੋਂ ਤੁਹਾਨੂੰ ਚੜਦਾ ਦੇਖਣਗੇ ਉਹ ਆਪਣੇ ਆਪ ਹੀ ਕੰਪਲੈਕਸ ਚ ਆ ਜਾਂਦੇ ਆ ਵੀ ਸ਼ਾਇਦ ਇਹ ਚੜ ਕੇ ਸਾਡੇ ਨਾਲ ਗੱਲ ਕਰੂ ਕਿ ਨਾ ਕਰੂ ਉਹਨਾਂ ਦਾ ਕੰਪਲੈਕਸ ਉਹਨਾਂ ਦੀ ਈਗੋ ਬਣ ਜਾਂਦੀ ਹੈ ਨਫ਼ਰਤ ਬਣ ਜਾਂਦੀ ਹੈ ਕਈ ਨੁਕਸਾਨ ਕਰਨ ਤੇ ਹੋ ਜਾਂਦੇ ਆ ਕਈ ਤੁਹਾਡੀਆਂ ਪੁਰਾਣੀਆਂ ਚੀਜ਼ਾਂ ਕੱਢ ਲਿਆਉਂਦੇ ਆ ਹਾਂ ਕਿਹੜਾ ਬੰਦਾ ਜਿਹੜਾ ਆਪਣੇ ਯਾਰਾਂ ਦੋਸਤਾਂ 'ਚ ਬਹਿ ਕੇ ਜਾਂ ਰਿਸ਼ਤੇਦਾਰਾਂ 'ਚ ਬਹਿ ਕੇ ਹਾਸੇ ਖੇਡ ਨਹੀਂ ਕਰਦਾ ਠੀਕ ਹੈ ਆਪਣੀਆਂ ਪਰਸਨਲ ਗੱਲਾਂ ਸ਼ੇਅਰ ਨਹੀਂ ਕਰਦਾ ਕਈ ਵਾਰ ਗਲਤੀਆਂ ਵੀ ਹੋ ਜਾਂਦੀਆਂ ਇਹਨਾਂ ਨੂੰ ਲੱਗਦਾ ਮੇਰੇ ਆਪਣੇ ਆ ਮੇਰੇ ਦੋਸਤ ਹੈ ਪਰ ਜਦੋਂ ਤੁਸੀਂ ਹਾਈਲਾਈਟ ਹੋਗੇ ਉਹਨਾਂ ਨੇ ਹੀ ਕੱਢ ਲਿਉਣੇ ਆ ਹਾਂ ਅੱਜ ਸਾਡਾ ਪੋਲੀਟੀਕਲ ਸਿਸਟਮ ਕੀ ਹੈ ਬਿਲਕੁਲ ਠੀਕ ਹੈ ਨਾ ਤੁਸੀਂ ਯਾਰ ਆਪਣੇ ਪਰਿਵਾਰ ਤੱਕ ਨਹੀਂ ਛੱਡ ਰਹੇ ਤੁਸੀਂ ਆਪਣੇ ਤੱਕ ਰੱਖੋ ਗੱਲਬਾਤ ਤੁਸੀਂ ਪਰਿਵਾਰਾਂ ਤੱਕ ਧੀਆਂ ਭੈਣਾਂ ਤੱਕ ਪਹੁੰਚ ਰਹੇ ਹੋ ਕੀ ਸਾਡਾ ਕਲਚਰ ਹੈ ਤੁਸੀਂ ਸਾਡਾ ਸਿਸਟਮ ਚਲਾਉਣਾ ਅਸੀਂ ਤੁਹਾਨੂੰ ਫਾਲੋ ਕਰਨਾ ਕੱਲ ਨੂੰ ਤੁਹਾਡੇ ਕੋਲ ਕੰਮ ਲੈ ਕੇ ਆਉਣਾ ਸਾਡੀਆਂ ਅਸੀਂ ਨੁਕਸਾਨ ਚ ਹੋ ਗਏ ਸਾਡੀਆਂ ਮਾਵਾਂ ਧੀਆਂ ਭੈਣਾਂ ਨੇ ਆ ਜਾਣਾ ਵੀ ਸਾਡਾ ਬੰਦਾ ਪ੍ਰੋਬਲਮ ਚਾ ਸਾਡੀ ਆ ਪ੍ਰੋਬਲਮ ਆ ਜੋ ਕੀ ਇਸ ਉਹ ਜਾ ਸਕਣਗੀਆਂ ਤੁਹਾਡੇ ਕੋਲ ਤੁਸੀਂ ਹਰ ਕੈਮਰੇ ਤੇ ਖੜ ਕੇ ਇੱਕ ਦੂਜੇ ਦੀ ਮਾਂ ਭੈਣ ਬਾਰੇ ਗੱਲਾਂ ਕਰ ਰਹੇ ਹੋ ਧੀਆਂ ਭੈਣੇ ਗੱਲਾਂ ਕਰ ਰਹੇ ਹੋ ਫਲਾਣਾ ਨੇ ਵਿਆਹ ਕਰਾ ਲਿਆ ਫਲਾਣਾ ਨੇ ਤਲਾਕ ਦਿੱਤਾ ਫਲਾਣਾ ਇਹ ਨਹੀਂ ਹੁੰਦਾ ਸਾਡੇ ਖੂਨ ਚ ਨਹੀਂ ਹੈ ਪੰਜਾਬੀਆਂ ਦੇ ਨਹੀਂ ਹੈ ਸਾਡੀ ਮਰਦਾਂ ਦੀ ਕੌਮ ਹੈਗੀ ਆ ਸਾਡੀ ਵਾਰੀਅਰ ਦੀ ਕੌਮ ਹੈਗੀ ਆ ਅਸੀਂ ਬੰਦੇ ਨੂੰ ਬੰਦੇ ਨੂੰ ਟੱਕਰਦੇ ਆ ਪਰਿਵਾਰ ਨੂੰ ਪਰਿਵਾਰ ਹੀ ਸਮਝਦੇ ਆ ਤੁਸੀਂ ਆਪਣੇ ਮੰਮੀ ਪਾਪਾ ਦਾ ਜ਼ਿਕਰ ਹਮੇਸ਼ਾ ਅਕਸਰ ਕਰਦੇ ਹੋ ਹਨ ਆਬਵੀਅਸਲੀ ਲਾਈਫ ਦੇ ਵਿੱਚ ਹੋਰ ਰਿਸ਼ਤੇ ਵੀ ਹੁੰਦੇ ਹਨ ਕਿ ਇਨਾ ਰੀਜ਼ਨਸ ਕਰਕੇ ਕਰਤਾਰ ਨੂੰ ਲੱਗਦਾ ਹੈ ਕਿ ਉਹ ਲਾਈਫ ਪ੍ਰਾਈਵੇਟ ਰਹਿਣੀ ਚਾਹੀਦੀ ਹੈ ਉਹ ਲੋਕਾਂ ਸਾਹਮਣੇ ਨਹੀਂ ਆਣੀ ਚਾਹੀਦੀ ਕਿਉਂਕਿ ਜਦੋਂ ਅਸੀਂ ਆਪਣੇ ਬਾਰੇ ਥੋੜਾ ਜਿਹਾ ਖੁੱਲ ਕੇ ਬੋਲਦੇ ਹਾਂ ਨਾ ਤੇ ਲੋਕੀ ਉਂਗਲ ਕਰਨ ਵੇਲੇ ਟਾਈਮ ਨਹੀਂ ਬਹੁਤਾ ਚਿਰ ਨਹੀਂ ਲਾਂਦੇ ਬੜਾ ਸਮਾਂ ਨਹੀਂ ਲਾਂਦੇ ਕਿਉਂਕਿ ਨਾ ਜਾਂ ਤਾਂ ਸੱਚ ਬੋਲੋ ਹੂੰ ਠੀਕ ਹੈ ਨਾ ਅੱਜ ਮੈਂ ਜਿੱਥੋਂ ਸੀ ਜਿੰਮੇ ਦਾ ਉੱਠ ਕੇ ਆਇਆ ਜਿੰਮੇ ਦੇ ਮੇਰੇ ਮੰਮੀ ਡੈਡੀ ਨੇ ਜਿੰਮੇ ਦਾ ਮੈਂ ਆ ਮੈਂ ਉਹ ਵੇ ਦੱਸਦਾ ਜਦੋਂ ਤੁਸੀਂ ਬਣ ਕੇ ਕੈਮਰੇ ਸਾਹਮਣੇ ਆਉਂਦੇ ਹੋ ਲੋਕਾਂ ਨੂੰ ਤੁਹਾਡੇ ਪਰਿਵਾਰ ਬਾਰੇ ਪਤਾ ਹੀ ਆ ਉਹ ਕਿੰਨੇ ਕ ਪਾਣੀ ਚ ਨਿਕੀ ਨੇ ਫਿਰ ਲੋਕ ਬਦਨਾਮੀ ਕਰਦੇ ਨੇ ਠੀਕ ਹੈ ਹਾਂ ਜੇ ਮੈਂ ਆਪਣੇ ਪਰਿਵਾਰ ਬਾਰੇ ਪ੍ਰਾਈਵੇਸੀ ਰੱਖਣਾ ਚਾਹੁੰਨਾ ਤਾਂ ਮੇਰੀ ਆਪਣੀ ਖੁਸ਼ੀ ਹੈਗੀ ਆ ਉਹਦੇ ਚ ਮੈਨੂੰ ਲੱਗਦਾ ਕਿ ਮੇਰਾ ਪਰਿਵਾਰ ਪ੍ਰਾਈਵੇਟ ਰਵੇ ਤਾਂ ਕਿ ਲੋਕ ਕੱਲ ਨੂੰ ਇੰਨਾ ਬਾਰੇ ਜਿਵੇਂ ਅੱਜ ਕੱਲ ਚੱਲ ਰਿਹਾ ਹੈ ਨਾ ਇਹਨਾਂ ਦਾ ਟਾਰਗੇਟ ਨਾ ਕਰਨ ਕਿਉਂਕਿ ਮੈਂ ਆਪਣੀ ਤੇ ਲੈ ਕੇ ਜਾਊਂਗਾ ਮੈਂ ਕਿਸੇ ਹੋਰ ਤੇ ਨਹੀਂ ਉਹ ਭੋਲੇ ਲੋਕ ਨੇ ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਕਿਵੇਂ ਮੇਰਾ ਡੈਡੀ ਦੁੱਧ ਵਾਲੀ ਦੁਕਾਨ ਤੇ ਖੜ ਕੇ ਗੱਲ ਕਰਦੇ ਨੇ ਉਹਨੇ ਮੇਰਾ ਨੰਬਰ ਦੇ ਆਉਂਦਿਆ ਉਹ ਤੂੰ ਕਰਤਾਰ ਨਾਲ ਗੱਲ ਕਰ ਲਈ ਅੱਛਾ ਤੈਨੂੰ ਦੱਸ ਦੂਗਾ ਹੁਣ ਮੈਂ ਉਹਨੂੰ ਕੀ ਕਰਾਂ ਡੈਡੀ ਤੁਸੀਂ ਕਾਹਤੋਂ ਨੰਬਰ ਦਿੱਤਾ ਮੈਨੂੰ ਦੁੱਧ ਵਾਲਾ ਬਲਾਗ ਮਾਰਨਾ ਪੈਂਦਾ ਕਿਉਂਕਿ ਉਹਨੇ ਚਾਰ ਹੋਰ ਆਏ ਨੇ ਉਹਨਾਂ ਸਾਹਮਣੇ ਸਪੀਕਰ ਲਾ ਕੇ ਮੇਰੇ ਨਾਲ ਗੱਲ ਕਰਨੀ ਬਿਲਕੁਲ ਕਿਉਂਕਿ ਮੇਰੀ ਇੱਕ ਪ੍ਰਾਈਵੇਟ ਲਾਈਫ ਹੈਗੀ ਆ ਇਸੇ ਕਰਕੇ ਮਾਪਿਓ ਨੂੰ ਜਿਵੇਂ ਸਾਰਿਆਂ ਨੂੰ ਸਮਝਾਉਣਾ ਪੈਂਦਾ ਕਿ ਸਾਨੂੰ ਪ੍ਰਾਈਵੇਟ ਥੋੜਾ ਜਿਹਾ ਹੋ ਵੀ ਜਾਣਾ ਚਾਹੀਦਾ ਤਾਂ ਇਹ ਗੱਲਾਂ ਸਾਡੇ ਸਾਹਮਣੇ ਆਉਣ ਅਸੀਂ ਅਗਲੇ ਨੂੰ ਇਗਨੋਰ ਕਰੀਏ ਤੇ ਫਿਰ ਸਾਨੂੰ ਉਹ ਦੁਸ਼ਮਣ ਬੰਨ ਸਾਡੇ ਜਾਂ ਹੋਰ ਬੰਨ ਤੇ ਅਸੀਂ ਥੋੜਾ ਜਿਹਾ ਪੁੱਲ ਕਰਕੇ ਆਪਣੀ ਲਾਈਫ ਨੂੰ ਪ੍ਰਾਈਵੇਟੀ ਰੱਖੀਏ ਸੋਸ਼ਲ ਮੀਡੀਆ ਨੇ ਤੁਹਾਨੂੰ ਲੱਗਦਾ ਕਿ ਜਿੱਥੇ ਈਜ਼ੀ ਕੀਤੀ ਹੈ ਲਾਈਫ ਉੱਤੇ ਟਫ ਵੀ ਕਰਦੀ ਹੈ ਤੁਹਾਡੇ ਨਾਲ ਇੱਕ ਪਿੱਛੇ ਜੀ ਇਨਸੀਡੈਂਟ ਹੋਇਆ ਸੀਗਾ ਹੈਨਾ ਅੰਮ੍ਰਿਤਸਰ ਦੇ ਵਿੱਚ ਉੱਥੇ ਅੱਜ ਕੱਲ ਸੋਸ਼ਲ ਮੀਡੀਆ ਦਾ ਤੁਹਾਨੂੰ ਨਹੀਂ ਪਤਾ ਕਿ ਕੀ ਚੀਜ਼ਾ ਕਿੰਨਾ ਹੋਲਡ ਕਰਕੇ ਕਿੰਨਾ ਦਿਖਾਈਆਂ ਜਾਂਦੀਆਂ ਹਨ ਹੈਨਾ ਕਾਲ ਰਿਕਾਰਡਿੰਗ ਕਹਿੰਦਾ ਕਿ ਤੁਹਾਡੇ ਕਨੈਕਸ਼ਨਸ ਜਿਹੜੇ ਆ ਕਿਤੇ ਹੋਰ ਜੋੜ ਦਿੱਤੇ ਉਹ ਚੀਜ਼ਾਂ ਨੇ ਬਹੁਤ ਹਰਟ ਤੁਹਾਨੂੰ ਦਾ ਕੀਤਾ ਹੋਏਗਾ ਫੈਮਲੀ ਜਦੋਂ ਇਹ ਚੀਜ਼ਾਂ ਦੇਖਦੀਆਂ ਨੇ ਉਹ ਕਿੰਨਾ ਹਰਟ ਹੁੰਦੀਆਂ ਕਿ ਇਹ ਕੀ ਹੋ ਰਿਹਾ ਸਾਡੇ ਬੁੱਤ ਦੇ ਨਾਲ ਦੇਖੋ ਇਹ ਚੀਜ਼ਾਂ ਇਹ ਮੀਡੀਆ ਨੂੰ ਬਹੁਤ ਪਹਿਲਾਂ ਮੈਂ ਚਾਹੁੰਨਾ ਕਿ ਮੀਡੀਆ ਨੂੰ ਇੱਕ ਚੀਜ਼ ਚਾਹੀਦੀ ਆ ਦੇਖੋ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਸਾਡੇ ਦਾ ਕਾ ਨੌਲੇਜ ਆਉਂਦੀ ਆ ਜ਼ਰੂਰੀ ਵੀ ਹੋ ਸਾਡੇ ਲਈ ਸੀ ਤੁਹਾਡੇ ਤੋਂ ਅੱਡ ਵੀ ਨਹੀਂ ਹੋ ਸਕਦੇ ਪਰ ਗੱਲ ਨੂੰ ਨਾ ਸਮਝ ਲਵੇ ਤੁਹਾਡਾ ਇੱਕ ਕਿਹਾ ਸ਼ਬਦ ਸਾਨੂੰ ਦੁਨੀਆ ਦੇ ਪਰਲੇ ਪਾਸੇ ਲੈ ਜਾਂਦਾ ਹੈ ਨਾ ਠੀਕ ਹੈ ਨਾ ਸੋ ਜਿਹੜੇ ਵੀ ਇਨਸੀਡੈਂਟ ਹੁੰਦੇ ਨੇ ਕੀ ਦੇ ਨਾਲ ਨਹੀਂ ਹੁੰਦੇ ਠੀਕ ਹੈ ਅੱਜ ਗਵਾਂਢੀ ਰੋਜ ਸਾਡੇ ਜਾਂ ਕਿਤੇ ਹੋਰ ਲਾ ਲੋ ਕੰਧਾਂ ਤੋਂ ਚੜ੍ਹ ਚੜ੍ਹ ਲੜਦੇ ਆ ਇੱਟਾਂ ਚੱਲਦੀਆਂ ਠੀਕ ਹੈ ਉਹ ਹੁਣ ਜੇ ਕੈਮਰੇ ਵਾਲਾ ਉੱਥੇ ਖੜਾ ਹੋਵੇ ਜਾਂ ਮੀਡੀਆ ਉਹਨੂੰ ਕਿਵੇਂ ਪੁੱਟ ਕਰੂਗਾ ਉਹ ਤਾਂ ਆਪ ਹੀ ਫਿਰ ਸ਼ਾਮ ਨੂੰ ਇੱਟਾਂ ਵੀ ਲਾਉਂਦੇ ਹੁੰਦੇ ਆ ਨੀ ਭੈਣੇ ਗਲਤੀ ਹੋ ਗਈ ਨਹੀਂ ਮੈਨੂੰ ਕੀ ਪਤਾ ਸੀਗਾ ਫਲਾਣੀਆਂ ਚੁਗਲੀ ਲਾ ਗਈ ਮੈਂ ਤਾਂ ਉਹੀ ਤੇਰੇ ਮਾਰ ਬੈਠੀ ਸਿਰ ਵੀ ਪਾੜ ਦਿੰਨੀ ਆ ਸੋ মিডিਆ ਜਿਹੜੀ ਗੱਲ ਨੂੰ ਸਾਡੇ ਭਾਈਚਾਰਾ ਲੜਾਈਆਂ ਨੂੰ ਐ ਇਨਪੁੱਟ ਕਰਕੇ ਪੇਸ਼ ਕਰਦਾ ਉਹ ਵੀ ਥੋੜਾ ਜਿਹਾ ਗਲਤ ਹੈਗਾ ਇੱਕ ਵਾਰੀ ਚੀਜ਼ ਨੂੰ ਸਮਝ ਲਿਆ ਜਾਵੇ ਇਹ ਸਮਝ ਲਓ ਇਹ ਸਾਹਮਣੇ ਵਾਲੇ ਦਾ ਕੈਰੀਅਰ ਆ ਤੁਹਾਡਾ ਵੀ ਆ ਜਿਹੜਾ ਸਾਹਮਣੇ ਵਾਲਾ ਧੀ ਪੁੱਤ ਆ ਤੁਹਾਡਾ ਵੀ ਆ ਸਾਹਮਣੇ ਵਾਲਾ ਯੰਗ ਬੰਦਾ ਉਹ ਤੁਹਾਡਾ ਬ੍ਰਦਰ ਆ ਸਾਹਮਣੇ ਵਾਲਾ 올ਡ ਬੰਦਾ ਤੁਹਾਡਾ ਪਿਓ ਵੀ ਹੈਗਾ ਉਹ ਲੇਡੀ ਹੈਗੀ ਉਹ ਤੁਹਾਡੀ ਧੀ ਪਹਿਣ ਵਾਈਸੂ ਵੀ ਹੈਗੀ ਜੋ ਵੀ ਹੈਗੀ ਜੇ ਤੁਸੀਂ ਇਸ ਤਰੀਕੇ ਨਾਲ ਸੋਚ ਲਓਗੇ ਤਾਂ ਖਬਰਾਂ ਵੀ ਸਹੀ ਇਨਪੁੱਟ ਹੋਣਗੀਆਂ ਠੀਕ ਹੈ ਮੀਡੀਆ ਦੀ ਤਲਵਾਰ ਇੰਨੀ ਜ਼ਾਲਮ ਵੀ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਆਪਣੇ ਚੀਜ਼ਾਂ ਦੇਖਣ ਲਈ ਦੂਜੇ ਦੀ ਲਾਈਫ ਨੂੰ ਕੱਟ ਕਰਦੋ ਮੁਸ਼ਕਲ ਨਾਲ ਬਣਾਉਂਦਾ ਬੰਦਾ ਲਾਈਫ ਹਰ ਬੰਦਾ ਤੁਸੀਂ ਵੀ ਚੈਨਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਖੜੇ ਕੀਤੇ ਆ ਅਸੀਂ ਨੀਂਆ ਪੁੱਟ ਕੇ ਜ਼ਿੰਦਗੀ ਦੀਆਂ ਉਥੋਂ ਇੱਟਾਂ ਖੜਨੀਆਂ ਕਰੂ ਸ਼ੁਰੂ ਕਰਦੇ ਆ ਉਹਨੂੰ ਜਾ ਕੇ ਮੈਲ ਬਣਾਉਨੇ ਆ ਠੀਕ ਹੈ ਜਦੋਂ ਮੈਲ ਆਦਤ ਦੇ ਵਿੱਚ ਡੇਕਦੇ ਆ ਕਿਸੇ ਗੱਲ ਕਰਕੇ ਵੀ ਜਾਂ ਹੋਰ ਹਰਟ ਹੁੰਦੇ ਆ ਤਾਂ ਉਹਦੀ ਲਾਈਫ ਟਾਈਮ ਦੀ ਮਿਹਨਤ ਹੁੰਦੀ ਹੈ ਕੀਤੀ ਹੋਈ ਠੀਕ ਹੈ ਜਿਹੜੀ ਚੀਜ਼ ਗਲਤ ਤਾਂ ਗਲਤ ਕਹੋ ਸਹੀ ਨੂੰ ਸਹੀ ਕਹੋ ਪਰਿਵਾਰਾਂ ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ ਹੈ ਬਿਲਕੁਲ ਬਰਬ Obviously ਅੱਜ ਕੱਲ ਪਰਿਵਾਰ ਬੈਠੇ ਹੀ ਆ ਫੇਸਬੁਕਾਂ ਤੇ ਹੋਰ ਤੇ ਤੁਸੀਂ ਅੱਜ ਗਲਤ ਤਾਂ ਕਹੋ ਤੁਸੀਂ ਕਿਤੇ ਮਰਜ਼ੀ ਪੜ ਲਓ ਚੀਜ਼ ਕਰ ਲਓ ਅਗਲਾ ਪਰਿਵਾਰ ਕੀ ਮਾਵਾਂ ਦਾ ਕੀ ਹੈ ਦਿਲ ਤੇ ਹੱਤਰ ਨਾਲ ਡੱਗ ਪੈਣਾ ਘਰ ਇਫੈਕਟ ਹੋ ਜਾਣਾ ਮੈਂ ਬਹੁਤ ਲੋਕਾਂ ਦੇ ਦੇਖੇ ਆ ਜਿਨ੍ਹਾਂ ਦੇ ਖਬਰਾਂ ਪੜ ਕੇ ਮਿਸਕੈਰੇਜ ਵੀ ਹੋਏ ਆ ਜਾਂ ਮਾਂ ਮਤਲਬ ਇਹ ਨਿਊਜ਼ ਇੱਕ ਹੈ ਜੀ ਚੀਜ਼ ਹੈਗੀ ਆ ਇਹ ਹੀ ਚੀਜ਼ ਨੂੰ ਬਣਾਉਂਦੀ ਆ ਤੇ ਇਹ ਹੀ ਚੀਜ਼ ਨੂੰ ਠੰਡਾ ਕਰਦੀ ਆ ਇਹ ਹੀ ਚੀਜ਼ ਨੂੰ ਵਿਗਾੜਦੀ ਆ ਇਹ ਹੀ ਚੀਜ਼ ਨੂੰ ਬਣਾਉਂਦੀ ਆ ਤੇ ਤੁਹਾਡੇ ਥਰੂ ਅਸੀਂ ਸਮਾਜ ਦੇਖਦੇ ਆ ਤੁਹਾਡੇ ਥਰੂ ਅਸੀਂ ਦੁਨੀਆ ਵੇਖਦੇ ਆਂ ਤੁਹਾਡੇ ਥਰੂ ਅਸੀਂ ਵਰਲਡ ਵੇਖਦੇ ਆਂ ਤੁਸੀਂ ਸਾਡੀਆਂ ਅੱਖਾਂ ਨੂੰ ਸਾਨੂੰ ਸਾਡੀਆਂ ਅੱਖਾਂ ਦੇ ਭਰੋਸਾ ਨਾ ਰਿਹਾ ਤਾਂ ਕੱਲ ਨੂੰ ਕੀ ਦੇ ਤੇ ਵਿਸ਼ਵਾਸ ਕਰਾਂਗੇ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ